ਅੱਜ ਕੁਰਕਸ਼ੇਤਰ ਡੇਰਾ ਬਾਬਾ ਚਰਨ ਸਿੰਘ ਜਿੱਥੇ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਪੰਥਕ ਅਕਾਲੀ ਦਲ ਦਾ ਔਫਿਸ ਹੈ ਉੱਥੇ ਅਸਾਂ ਆਪਣੀ ਸ਼੍ਰੋਮਣੀ ਪੰਥਕ ਅਕਾਲੀ ਦਲ ਨੇ ਇੱਕ 7 ਮੈਂਬਰੀ ਕੋਰ ਕਮੇਟੀ ਬਣਾਈ ਹੈ ਜੋ ਰਾਜਨੀਤਿਕ ਫੈਸਲੇ ਅਤੇ ਧਾਰਮਿਕ ਫੈਸਲੇ ਲੈ ਕਰੇਗੀ। ਅੱਜ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ, ਉਹਦੇ ਵਿੱਚ ਵਿਚਾਰ ਕੀਤਾ ਗਿਆ ਕਿ ਜੋ 29 ਅਪ੍ਰੈਲ ਨੂੰ ਗੁਰਦੁਆਰਾ ਰਤਗੜ੍ਹ ਸਾਹਿਬ ਨਰਾਇਣਗੜ੍ਹ ਤਹਿਸੀਲ ਜ਼ਿਲ੍ਹਾ ਅੰਬਾਲਾ ਵਿੱਚ ਮੁੱਖ ਮੰਤਰੀ ਸਾਹਿਬ ਨੈਬ ਸਿੰਘ ਸੈਣੀ ਜੀ ਨੇ ਪਧਾਰਨਾ ਸੀ, ਉਹਦੇ ਆਉਣ ਤੋਂ ਪਹਿਲਾਂ ਜੋ ਸਿਕਿਉਰਿਟੀ ਗਾਰਡਾਂ ਨੇ ਕਾਰਾ ਕੀਤਾ ਉੱਥੇ ਗੁਰੂ ਘਰ ਦੇ ਵਿੱਚ, ਉਹ ਇੰਨਾ ਮਨ ਪਾਕਾ ਸੀ ਕਿ ਦੁਨੀਆ ਦੇ ਜ਼ੁਲਮਾਂ ਦੇ ਸਾਰੇ ਰਿਕਾਰਡ ਕਰਕੇ ਤੋੜ ਕੇ ਰੱਖ ਦਿੱਤੇ। ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਬੇਅਦਬੀ ਅਸਾਂ ਦੁਨੀਆ ਭਰ 'ਚ ਕਦੀ ਨਹੀਂ ਹੁੰਦੀ ਵੇਖੀ ਜਿੰਨੀ ਮੁੱਖ ਮੰਤਰੀ ਦੇ ਸਿਕਿਉਰਿਟੀ ਗਾਰਡਾਂ ਨੇ ਉੱਥੇ ਕੀਤੀ। ਮੈਟਲ ਡਿਕਟੇਟਰ ਉਹਨਾਂ ਦੇ ਹੱਥ ਵਿੱਚ ਸਨ, ਸਿਰਾਂ 'ਤੇ ਪੁੱਠੀਆਂ ਟੋਪੀਆਂ ਪਾਈਆਂ ਉਹਨਾਂ ਆਈਆਂ ਸਨ, ਪੈਰਾਂ ਵਿੱਚ ਜਰਾਬਾਂ ਸਨ, ਸਮੇਤ ਜਰਾਬਾਂ ਪੁੱਠੀਆਂ ਟੋਪੀਆਂ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਰੁਮਾਲੇ ਚੁੱਕ ਕੇ ਉੱਤੇ ਡਿਕਟੇਟਰ ਘੁਮਾ ਰਹੇ ਨੇ, ਥੱਲੇ ਵੀ ਗੁਰੂ ਗ੍ਰੰਥ ਸਾਹਿਬ ਦੇ ਡਿਕਟੇਟਿਵ ਘੁਮਾ ਰਹੇ ਨੇ, ਚਾਰੋਂ ਤਰਫ ਵੀ ਘੁਮਾ ਰਹੇ ਨੇ। ਜੇ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਹੀ ਗੁਰੂ ਗ੍ਰੰਥ ਸਾਹਿਬ ਤੋਂ ਡਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਕਿਰੇ ਗੁਰਦੁਆਰੇ ਵਾਲਿਆਂ ਨੇ ਕਿਰੇ ਬੰਬ ਨਾ ਰੱਖ ਦਿੱਤਾ ਹੋਵੇ, ਤਾਂ ਫਿਰ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਨੂੰ, ਸਾਡੇ ਗੁਰਦੁਆਰਿਆਂ 'ਚ ਆਉਣ ਦੀ ਕੋਈ ਲੋੜ ਨਹੀਂ। ਇਹ ਗੁਰੂ ਘਰ ਉਹ ਨੇ ਜਿੱਥੇ ਰਾਜੇ ਦੇ ਮਹਾਰਾਜੇ, ਮਹਾਰਾਜਾ ਰਣਜੀਤ ਸਿੰਘ ਵਰਗੇ, ਅਕਬਰ ਵਰਗੇ, ਸ਼ਹਿਨਸ਼ਾਹ ਵਰਗੇ, ਬਾਬਰ ਵਰਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਸਨ, ਲੰਮੇ ਪੈ ਕੇ ਮੱਥਾ ਟੇਕਿਆ ਉਹਨਾਂ ਮਹਾਰਾਜਿਆਂ ਨੇ। ਪਰ ਤੂੰ ਕਿੱਡਾ ਕੁ ਰਾਜਿਆਂ ਦਾ ਰਾਜਾ ਹੋ ਗਿਆ, ਕੱਲ੍ਹ ਤੂੰ ਮੁੱਖ ਮੰਤਰੀ ਬਣਿਆ, ਇਲੈਕਸ਼ਨ ਤੇਰਾ ਸਿਰ 'ਤੇ ਦੇ, ਪਤਾ ਨਹੀਂ ਤੂੰ ਜਿੱਤਣਾ ਕਿ ਨਹੀਂ ਜਿੱਤਣਾ, ਅਤੇ ਤੂੰ ਇੰਨੀ ਵੱਡੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਵਾ ਰਿਹਾ। ਮੁੱਖ ਮੰਤਰੀ ਸਾਹਿਬ, ਅਸਾਂ ਅਕਾਲ ਤਖ਼ਤ ਸਾਹਿਬ ਨੂੰ ਅੱਜ ਲੈਟਰ ਲਿਖ ਦਿੱਤਾ ਹੈ ਸ਼੍ਰੋਮਣੀ ਪੰਥਕ ਅਕਾਲੀ ਦਲ ਨੇ, ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਹੈ ਜਥੇਦਾਰ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਹ ਬੇਨਤੀ ਕਰਨ, ਅਕਾਲ ਤਖ਼ਤ ਸਾਹਿਬ ਹੁਕਮ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਕਿ ਅੰਬਾਲੇ ਵਿੱਚ ਜਾ ਕੇ ਇਸ ਗੱਲ ਦੀ ਜਾਂਚ ਕੀਤੀ ਜਾਏ, ਅਤੇ ਵੀਡੀਓ ਵੀ ਅਸੀਂ ਭੇਜ ਰਹੇ ਹਾਂ ਉਹਨਾਂ ਨਾਲ ਹੀ, ਜਿੱਥੇ ਲੈਟਰ ਭੇਜ ਰਹੇ ਹਾਂ ਉੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀਡੀਓ ਭੇਜ ਰਹੇ ਹਾਂ, ਉਹ ਵੀਡੀਓ ਵਿਖਾ ਕੇ ਧਾਮੀ ਸਾਹਿਬ ਨੂੰ ਵੀ, ਅਤੇ ਜਥੇਦਾਰ ਸਾਹਿਬ ਤੁਸੀਂ ਭਾਵੇਂ ਉਹ ਮੁੱਖ ਮੰਤਰੀ ਹੈ ਅਹੁਦਾ ਨਹੀਂ ਵੇਖਣਾ, ਇੱਥੇ ਤਾਂ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਤਖ਼ਤ ਸਾਹਿਬ ਅੱਗੇ ਝੁਕੇ ਨੇ, ਉਹਨਾਂ ਵੀ ਜਾ ਕੇ ਸਜ਼ਾ ਲਵਾਈਆਂ ਨੇ। ਗਿਆਨੀ ਜੈਲ ਸਿੰਘ ਰਾਸ਼ਟਰਪਤੀ ਹੁੰਦਿਆਂ ਵੀ ਉੱਥੇ ਸਜ਼ਾ ਲਵਾਈਆਂ ਨੇ। ਬਰਨਾਲਾ ਸਾਹਿਬ ਜਿਹੜੇ ਐਗਰੀਕਲਚਰ ਮੰਤਰੀ ਸਨ ਅਤੇ ਸੀਐਮ ਸਨ ਉਸ ਟਾਈਮ ਪੰਜਾਬ ਦੇ, ਉਹਨਾਂ ਨੂੰ ਵੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਾ ਪਿਆ ਸੀ। ਅਤੇ ਇਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹਦੇ ਅਹੁਦੇ ਨੂੰ ਨਾ ਵੇਖਿਆ ਜਾਏ। ਅਸੀਂ ਵੀ ਹਰਿਆਣੇ ਦੇ ਰਹਿਣ ਵਾਲੇ ਹਾਂ, ਸਾਡੇ ਦਿਲਾਂ ਦੇ ਬਰੂੰਦ ਰਹਿ ਗਏ ਨੇ, ਸਾਡੇ ਗੱਲ ਨਹੀਂ ਆਉਂਦੀ, ਸਾਡੇ ਵਿੱਚ ਬਾਕੀ ਹੋਰ ਕੋਈ ਗੱਲ ਨਹੀਂ ਰਹਿ ਗਈ ਜਿਹੜੀ ਬੇਇੱਜ਼ਤੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਇਦੋਂ ਬਾਅਦ ਸਹਾਰ ਨਹੀਂ ਸਕਦੇ। ਸਖ਼ਤ ਤੋਂ ਸਖ਼ਤ ਫੈਸਲਾ ਲੈਣ, ਸੈਣੀ ਸਾਹਿਬ ਨੂੰ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਅਕਾਲ ਤਖ਼ਤ 'ਤੇ ਬੁਲਾਉਣ, ਅਤੇ ਨਾਲ ਦੀ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਾਰੀ ਸਰਕਾਰੀ ਕਮੇਟੀ ਹੈ, ਭਾਵੇਂ ਪੁਰਾਣੇ ਐਗਜੈਕਟਿਵ ਮੈਂਬਰ ਨੇ ਅਤੇ ਭਾਵੇਂ ਨਵੇਂ ਐਗਜੈਕਟਿਵ ਮੈਂਬਰ ਨੇ, ਦਾਦੂਵਾਲ ਸਾਹਿਬ 30 ਕਰੋੜ ਰੁਪਈਆ ਤਾਂ ਤੁਸੀਂ ਰੱਖ ਲਿਆ ਧਰਮ ਪ੍ਰਚਾਰ ਵਾਸਤੇ, ਅਤੇ ਹੁਣ ਤੁਹਾਡਾ ਮੂੰਹ ਕਿਉਂ ਬੰਦ ਹੋ ਗਿਆ?
ਇਹ ਕੀ ਕਾਰੇ ਕਰਾ ਦਿੱਤੇ ਨੇ? ਅੱਜ ਤੁਸੀਂ ਧਰਮ ਪ੍ਰਚਾਰ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਦੀ ਹੋਰ ਬੇਇੱਜ਼ਤੀ ਕਰਾਉਣੀ ਜੇ, ਸ਼ਰਮ ਕਰੋ ਕੁਝ। ਸਰਕਾਰੀ ਕਮੇਟੀ ਵਾਲਿਓ, ਮੈਂ ਸਰਕਾਰੀ ਕਮੇਟੀ ਨੂੰ ਕਹਿਣਾ ਚਾਹਾਂਗਾ ਕਿ ਲੋਕਾਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਲੋਕਾਂ ਨੇ ਤੁਹਾਡੀਆਂ ਗੱਡੀਆਂ ਤੋੜਨੀਆਂ ਨੇ, ਤੁਹਾਡੀਆਂ ਪੱਗਾਂ ਲਾਉਣਗੇ, ਤੁਹਾਡੀਆਂ ਗੱਡੀਆਂ ਤੋੜਨਗੇ, ਤੁਸੀਂ ਪਿੰਡਾਂ 'ਚ ਨਹੀਂ ਜਾ ਸਕਦੇ ਜਿਹੜੇ ਤੁਸੀਂ ਕਾਰੇ ਪਕੜਾਉਂਦੇ ਹੋ। ਪਹਿਲਾਂ ਤੁਸੀਂ ਪੰਜੋਖੜਾ ਸਾਹਿਬ ਕਰਾਇਆ ਅਤੇ ਹੁਣ ਇੱਥੇ ਤਾਂ ਤੁਸੀਂ ਹੱਦਾਂ ਹੀ ਪਾਰ ਕਰਕੇ ਰੱਖ ਦਿੱਤੀਆਂ। ਜੇ ਤੁਹਾਡੇ 'ਚ ਕੋਈ ਸ਼ਰਮ ਦਾ ਭੋਰਾ ਹੈ, ਕੋਈ ਨੈਤਿਕਤਾ ਹੈ, ਤਾਂ ਤੁਸੀਂ ਆਪਣੇ ਪਦਾਂ ਤੋਂ ਸਾਰੇ ਅਸਤੀਫੇ ਦੇ ਦਿਓ ਅਤੇ ਘਰ ਤੁਰ ਜਾਓ। ਅਤੇ ਜਿਹੜਾ ਨਵਾਂ ਇਲੈਕਸ਼ਨ ਜਦੋਂ ਹੋਵੇਗਾ, ਜਿਹੜਾ ਜਿੱਤ ਕੇ ਆਵੇਗਾ, ਆਪੇ ਗੁਰੂ ਘਰਾਂ ਦਾ ਪ੍ਰਬੰਧ ਸੰਭਾਲ ਲਏਗਾ। ਤੁਸੀਂ ਗੁਰੂ ਘਰਾਂ ਦੇ ਪ੍ਰਬੰਧ ਸੰਭਾਲਣ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੇ ਹੋ, ਅਤੇ ਗੁਰੂ ਗ੍ਰੰਥ ਸਾਹਿਬਾਂ ਦੀ ਬੇਇੱਜ਼ਤੀ ਕਰਵਾਉਣ ਦੇ, ਸਰਕਾਰ ਦੇ ਆ ਕੇ ਲੱਗ ਕੇ, ਇਸ ਆਰ ਐੱਸ ਐੱਸ ਦੀ ਸਰਕਾਰ ਦੇ ਆ ਕੇ ਲੱਗ ਕੇ, ਬੀਜੇਪੀ ਦੀ ਸਰਕਾਰ ਦੇ ਆ ਕੇ ਲੱਗ ਕੇ, ਅਤੇ ਗੁਰੂ ਘਰਾਂ ਦੇ ਵਿੱਚ ਤੁਸੀਂ ਬੇਅਦਬੀਆਂ ਕਰਾਉਣ 'ਤੇ ਤੁਲੇ ਹੋ, ਤੁਹਾਨੂੰ ਕੋਈ ਸ਼ਰਮ ਆਉਣੀ ਚਾਹੀਦੀ। ਤੁਸੀਂ ਗੁਰੂ ਘਰ ਦੇ ਸੇਵਾਦਾਰ ਹੋ ਕਿ ਤੁਸੀਂ ਆਰ ਐੱਸ ਐੱਸ ਦੇ ਸੇਵਾਦਾਰ ਹੋ, ਇਹ ਵੀ ਕਲੀਅਰ ਕਰੋ ਜਨਤਾ ਦੇ ਵਿੱਚ। ਮੁੱਖ ਮੰਤਰੀ ਨੂੰ ਜੋ ਅਕਾਲ ਤਖਤ ਸਜ਼ਾ ਲਾਉਣਗੇ, ਨਿਰੀ ਮਾਫ਼ੀ ਨਾਲ ਕੰਮ ਨਹੀਂ ਇਹ ਚੱਲਣ ਵਾਲਾ। ਜੇ ਅਕਾਲ ਤਖਤ ਸਾਹਿਬ ਮੁੱਖ ਮੰਤਰੀ ਨੂੰ ਸੱਦਣ ਅਤੇ ਜੇ ਉਹਨੂੰ ਮਾਫ਼ੀ ਆਉਂਦੇ ਨੇ, ਤਾਂ ਮੁੱਖ ਮੰਤਰੀ ਜਾ ਕੇ ਅਕਾਲ ਤਖਤ 'ਤੇ ਮਾਫ਼ੀ ਮੰਗੇ ਅਤੇ ਜੋ ਵੀ ਉਹ ਸਜ਼ਾ ਲੈਣ, ਭਾਵੇਂ ਉਹਨਾਂ ਕੋਲੋਂ ਖੰਡ ਪਾਠ ਸਾਹਿਬ ਕਰਵਾਉਣ, ਭਾਵੇਂ ਉਹਨਾਂ ਕੋਲੋਂ ਮਾਫ਼ੀ ਮੰਗਵਾਉਣ, ਭਾਵੇਂ ਕੋਈ ਵੀ ਸਜ਼ਾ ਲਾਉਣ, ਉਹ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾ ਕੇ ਅਕਾਲ ਤਖਤ 'ਤੇ ਪੇਸ਼ ਹੋ ਕੇ ਭੁਗਤਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।